ਜਿਵੇਂ ਪਾਕਿਸਤਾਨ ਲਫ਼ਜ਼ ਜਿਹਨੇ ਕਾਇਮ ਕੀਤਾ ਹੈ, ਕੈਂਬਰਿਜ ਯੂਨੀਵਰਸਿਟੀ ਆਕਸਫੋਰਡ ਜਾਂ ਕੈਂਬਰਿਜ ਦਾ ਸਟੂਡੈਂਟ ਰਹਿਮਤ ਅਲੀ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਗੁਜਰਾਂ ਦਾ ਮੁੰਡਾ, ਜਿਹਨੇ ਜਦੋਂ ਇਹ ਲਫ਼ਜ਼ ਕਾਇਮ ਕੀਤਾ, ਜ਼ਾਹਰ ਹੈ ਉਦੋਂ ਜਿਹੜੇ ਭਾਰਤ ਵਿਚਲੇ ਮੁਸਲਮਾਨ ਸੀ ਉਹਨਾਂ ਦੇ ਲੀਡਰ ਸੀ, ਕਾਂਗਰਸ ਦੇ ਨਾਲ ਰਲੇ ਹੋਏ ਸੀ, ਜਾਂ ਉਹਨਾਂ ਨੂੰ ਲੱਗਦਾ ਸੀ ਉਦੋਂ ਅਜੇ ਪਾਕਿਸਤਾਨ ਦਾ ਕਾਨਸੈਪਟ ਨਹੀਂ ਸੀ ਜਦੋਂ ਇਹ ਲਫ਼ਜ਼ ਆਇਆ, ਔਰ ਜਦੋਂ ਉਹਨੇ ਮੰਗ ਕੀਤੀ, ਈਵਨ ਮੈਚੋਰ ਲੀਡਰਸ ਦਾ ਕਹਿਣਾ ਸੀ ਕਿ ਦਿਸ ਇਜ਼ ਅ ਕਿਡ ਸਟਫ, ਇਹ ਨਿਆਣਿਆਂ ਦੀਆਂ ਗੱਲਾਂ ਨੇ, ਲੇਕਿਨ ਇੱਕ ਵਕਤ ਇਹ ਆਇਆ ਕਿ ਉਹੀ ਲੀਡਰ